ਸਰ ਜੀ ਐਸ ਟੀ ਪਹਿਲਾਂ ਕੀ ਹੁੰਦਾ ਸੀ ਨਾ ਜੀ ਵੈਟ ਸਰਵਿਸ ਤੇ ਐਕਸਾਈਜ਼ ਟੈਕਸ ਲੱਗਦਾ ਹੁੰਦਾ ਸੀ ਓਕੇ ਗਵਰਨਮੈਂਟ ਨੇ ਉਹਨੂੰ 1 ਜੁਲਾਈ 2017 ਤੋਂ ਤਿੰਨਾਂ ਚੀਜ਼ਾਂ ਨੂੰ ਕੰਬਾਈਨ ਕਰਤਾ ਜੀ ਕੰਬਾਈਨ ਕਰਕੇ ਉਹ ਲੈ ਕੇ ਆਈ ਹੈ ਗੁੱਡਸ ਐਂਡ ਸਰਵਿਸ ਟੈਕਸ ਜਿਹਨੂੰ ਆਪਾਂ ਬੋਲਦੇ ਹਾਂ ਜੀ ਐਸ ਟੀ ਕੰਟ੍ਰੀਬਿਊਸ਼ਨ ਸਕੀਮ ਦੇ ਵਿੱਚ ਜੀ ਇਹ ਤਿੰਨ ਤਰ੍ਹਾਂ ਨਾਲ ਆਪਾਂ ਇਹਨਾਂ ਨੂੰ ਟੈਕਸ ਪੇ ਕਰਦੇ ਹਾਂਗੇ 1% 2% ਤੇ 6% 'ਚ ਇਹਦੇ ਵਿੱਚ ਕੀ ਸਿਸਟਮ ਹੈਗਾ ਅਗਰ ਆਪਾਂ ਕੋਈ ਰਿਟਰਨ ਫਾਈਲ ਕਰਦੇ ਹਾਂਗੇ ਅਗਰ ਕੋਈ ਮਿਸਟੇਕ ਹੈਗੀ ਹੈਗੀ ਤਾਂ ਉਸ ਨੂੰ ਆਪਾਂ ਚੇਂਜ ਨਹੀਂ ਸਰ ਕਰ ਸਕਦੇ ਜੀ ਐਸ ਟੀ ਮੇਰੇ ਕਿਸੇ ਮਿੱਤਰ ਨੇ ਲੈਣਾ ਸੀ ਨੰਬਰ ਤਾਂ ਉਹ ਸੁਣਨ ਦੇ ਵਿੱਚ ਆਇਆ ਵੀ 2000-2500 ਰੁਪਈਆ ਇੱਦਾਂ ਵੀ ਲੋਕੀ ਲਈ ਜਾਂਦੇ ਸਰ ਬਿਲਕੁਲ ਸਰ ਮਾਰਕੀਟ ਦੇ ਵਿੱਚ ਚੱਲਦਾ ਜੀ 2000-2500 ਰੁਪਏ ਜੀ ਬਿਲਕੁਲ ਤੁਹਾਡੀ ਗੱਲ ਰਾਈਟ ਆ ਬਟ ਸਾਡੀ ਫਰਮ ਤੁਹਾਨੂੰ ਫਰੀ ਆਫ ਕੋਸਟ ਅਪਲਾਈ ਕਰਵਾ ਕੇ ਦੇ ਅਕਾਊਂਟਿੰਗ ਦੇ ਜੀ ਐਸ ਟੀ ਦੇ ਪਲੱਸ ਇਨਕਮ ਟੈਕਸ ਦੇ ਜੀ ਅਸੀਂ 1000 ਪਰ ਮੰਥ ਚਾਰਜ ਕਰਦੇ ਹਾਂ ਤਾਂ ਮੈਨੂੰ ਇਹਦਾ ਵੀ ਦੱਸ ਦਿਓ ਵੀ ਤੁਸੀਂ ਸਪੋਜ਼ ਕੋਈ ਰਿਪੋਰਟ ਬਣਾ ਕੇ ਦਿੰਦੇ ਹੋ ਕਿ ਜਦੋਂ ਆ ਸਾਰੀ ਸੀ ਰਿਪੋਰਟ ਹੋ ਗਈ ਤੁਸੀਂ ਕਿੰਨੇ ਕੁ ਪੈਸੇ ਲੈ ਲਓ ਸਰ ਅਸੀਂ ਅਗਰ ਇਕੱਲੀ ਸੀ ਰਿਪੋਰਟ ਸਾਡੇ ਤੋਂ ਕਰਵਾਉਣੀ ਆ ਤਾਂ ਓਨਲੀ 500 ਲੈਂਦੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸ਼ਮਿੰਦਰ ਸਿੰਘ ਪ੍ਰੋਗਰਾਮ ਚਰਚਾ ਲੈ ਕੇ ਤੁਹਾਡੇ ਸਾਹਮਣੇ ਇੱਕ ਵਾਰ ਫਿਰ ਹਾਜ਼ਰ ਹਾਂ ਜਿਵੇਂ ਕਿ ਕੋਵਿਡ ਜਿਹੜਾ ਆ ਉਹਦੇ 'ਤੇ ਹੌਲੀ ਹੌਲੀ ਅਸੀਂ ਆਪਣੀ ਜਿੱਤ ਪ੍ਰਾਪਤ ਕਰਦੇ ਜਾ ਰਹੇ ਹਾਂ ਕੋਵਿਡ ਨੂੰ ਹਰਾਉਂਦੇ ਜਾ ਰਹੇ ਹਾਂ ਉਸ ਤਰੀਕੇ ਦੇ ਨਾਲ ਮਾਰਕੀਟ ਹੈ ਜਿਹੜੀ ਉਹ ਵੀ ਖੁੱਲ੍ਹਦੀ ਜਾ ਰਹੀ ਹੈ ਜਿਵੇਂ ਜਿਵੇਂ ਮਾਰਕੀਟ ਖੁੱਲ੍ਹ ਰਹੀ ਹੈ ਤਿਵੇਂ ਤਿਵੇਂ ਕੰਮ ਜਿਹੜੇ ਨੇ ਆਪਣੇ ਸੁਚਾਰੂ ਰੂਪ ਦੇ ਵਿੱਚ ਚਲਾਉਣ ਦੇ ਲਈ ਲੋਕ ਆਪਣੀ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਆ ਜਦੋਂ ਕੰਮਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦਾ ਹਿਸਾਬ ਕਿਤਾਬ ਵੀ ਰੱਖਣਾ ਬਣਦਾ ਜਦੋਂ ਹਿਸਾਬ ਕਿਤਾਬ ਰੱਖਦੇ ਹਾਂ ਤਾਂ ਉਹਦੇ ਵਿੱਚ ਕੁਝ ਟੈਕਸ ਆ ਜਾਂਦੇ ਨੇ ਕੋਈ ਜੀ ਐਸ ਟੀ ਆ ਜਾਂਦੀ ਹੈ ਕੋਈ ਆਈ ਟੀ ਆਰ ਆ ਜਾਂਦੀ ਹੈ ਇਹਦੇ ਬਾਰੇ ਕਈ ਲੋਕ ਇਸ ਤਰ੍ਹਾਂ ਦੇ ਹੁੰਦੇ ਜਿਨ੍ਹਾਂ ਨੂੰ ਪੂਰੀ ਨੌਲੇਜ ਨਹੀਂ ਹੁੰਦੀ ਤਾਂ ਅੱਜ ਮੇਰੀ ਕੋਸ਼ਿਸ਼ ਇਹ ਸੀ ਕਿ ਅਸੀਂ ਇੱਕ ਮਾਹਿਰ ਨੂੰ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਬੁਲਾਈਏ ਅਤੇ ਆਪਾਂ ਗੱਲਬਾਤ ਉਹਨਾਂ ਨਾਲ ਕਰੀਏ ਕਿ ਜੀ ਐਸ ਟੀ ਕੀ ਹੈ ਟੈਕਸ ਕੀ ਹੈ ਆਈ ਟੀ ਆਰ ਕੀ ਹੈ ਤਾਂ ਸਵਾਗਤ ਕਰਦਾ ਵਾਂ ਉਹਨਾਂ ਦਾ ਜਿਹੜੇ ਜੀ ਐਸ ਟੀ ਅਤੇ ਟੈਕਸੀਸ਼ਨ ਦੇ ਕੰਸਲਟੈਂਟ ਨੇ ਸ਼੍ਰੀਮਾਨ ਨਿਸ਼ਾਂਤ ਗਰਗ ਜੀ ਨਿਸ਼ਾਂਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਛਾ ਦੇਖੋ ਗੱਲ ਇਹ ਮੈਂ ਕੀਤੀ ਕਿ ਹੁਣ ਜੀ ਐਸ ਟੀ ਹੈ ਨਾ ਹੁਣ ਬਿਜ਼ਨਸ ਸ਼ੁਰੂ ਹੋ ਗਏ ਨੇ ਬਿਲਕੁਲ ਵਾਹਿਗੁਰੂ ਵਿੱਦਿਆ ਨਾਲ ਮਾਰਕੀਟਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਤਾਂ ਹੁੰਦਾ ਕੀ ਹੈ ਕਿ ਅਮੂਮਨ ਲੋਕ ਹੈ ਜਿਹੜੇ ਭਾਵੇਂ ਉਹ ਛੋਟੇ ਨੇ ਭਾਵੇਂ ਉਹ ਵੱਡੇ ਨੇ ਬਿਜ਼ਨਸਮੈਨ ਕੰਮ ਕਰਦੇ ਨੇ ਜਿਹੜੇ ਉਹਨਾਂ ਨੂੰ ਜੀ ਐਸ ਟੀ ਨਾ ਇੱਕ ਹਵਾ ਲੱਗਦੀ ਹੈ ਵੀ ਆਰ ਜੀ ਐਸ ਟੀ ਐਕਚੁਅਲ ਦੇ ਵਿੱਚ ਤੁਸੀਂ ਥੋੜ੍ਹਾ ਜਿਹਾ ਚਾਨਣਾ ਪਾਓ ਵੀ ਇਹ ਜੀ ਐਸ ਟੀ ਹੈ ਕੀ ਸਰ ਜੀ ਐਸ ਟੀ ਪਹਿਲਾਂ ਕੀ ਹੁੰਦਾ ਸੀ ਨਾ ਜੀ ਵੈਟ ਸਰਵਿਸ ਤੇ ਐਕਸਾਈਜ਼ ਟੈਕਸ ਲੱਗਦਾ ਹੁੰਦਾ ਸੀ ਓਕੇ ਗਵਰਨਮੈਂਟ ਨੇ ਉਹਨੂੰ 1 ਜੁਲਾਈ 2017 ਤੋਂ ਤਿੰਨਾਂ ਚੀਜ਼ਾਂ ਨੂੰ ਕੰਬਾਈਨ ਕਰਤਾ ਜੀ ਕੰਬਾਈਨ ਕਰਕੇ ਉਹ ਲੈ ਕੇ ਆਈ ਹੈ ਗੁੱਡਸ ਐਂਡ ਸਰਵਿਸ ਟੈਕਸ ਜਿਹਨੂੰ ਆਪਾਂ ਬੋਲਦੇ ਹਾਂ ਜੀ ਐਸ ਟੀ ਓਕੇ ਹਾਂ ਉਹੀ ਗੱਲ ਹੈ ਵੀ ਜਿਵੇਂ ਤਿੰਨ ਚੀਜ਼ਾਂ ਨੂੰ ਮਿਲਾ ਕੇ ਉਹਨਾਂ ਨੇ ਇੱਕ ਟੈਕਸ ਬਣਾਤਾ ਵੀ ਲੋਕਾਂ ਨੂੰ ਕੋਈ ਔਖਿਆ ਹੀ ਨਾ ਪਰ ਲੋਕਾਂ ਨੂੰ ਇਹ ਲੱਗਦਾ ਸੀ ਯਾਰ ਵੀ ਬੜਾ ਔਖਾ ਕੰਮ ਹੈ ਬਿਲਕੁਲ ਜੀ ਬਿਲਕੁਲ ਅੱਛਾ ਇੱਕ ਹੋਰ ਇਹਦਾ ਹੀ ਹੁਣ ਚਲੋ ਜੀ ਐਸ ਟੀ ਆ ਗਈ ਨਹੀਂ ਲੋਕਾਂ ਨੂੰ ਪਤਾ ਪਹਿਲਾਂ ਜਿਵੇਂ ਹਵਾ ਲੱਗਦਾ ਸੀ ਵੀ ਜੀ ਐਸ ਟੀ ਪਤਾ ਨਹੀਂ ਕੀ ਹੈ ਬਿਲਕੁਲ ਸਰ ਇਹਦੀ ਕੋਈ ਰਜਿਸਟ੍ਰੇਸ਼ਨ ਹੁੰਦੀ ਹੈ ਬਿਲਕੁਲ ਸਰ ਇਹਦੀ ਰਜਿਸਟ੍ਰੇਸ਼ਨ ਹੁੰਦੀ ਹੈਗੀ ਹੈ ਜੀ ਇਹਦੇ ਵਿੱਚ ਇਹ ਦੋ ਤਰ੍ਹਾਂ ਦੇ ਨਾਲ ਰਜਿਸਟ੍ਰੇਸ਼ਨਸ ਹੁੰਦੀਆਂ ਹੈਗੀਆਂ ਇਹਨਾਂ ਦੀਆਂ ਬੇਸਿਕਲੀ ਇੱਕ ਤਾਂ ਹੁੰਦੀ ਹੈ ਕੰਪੋਜੀਸ਼ਨ ਸਕੀਮ ਜੀ ਅਤੇ ਸੈਕਿੰਡ ਹੁੰਦੀ ਹੈਗੀ ਰੈਗੂਲਰ ਜੀ ਅੱਛਾ ਕੰਪੀਸ਼ਨ ਸਕੀਮ ਦੇ ਵਿੱਚ ਜੀ ਇਹ ਤਿੰਨ ਤਰ੍ਹਾਂ ਨਾਲ ਆਪਾਂ ਇਹਨਾਂ ਨੂੰ ਟੈਕਸ ਪੇ ਕਰਦੇ ਹਾਂਗੇ 1%, 2% ਅਤੇ 6% 'ਚ ਅੱਛਾ ਠੀਕ ਹੈ ਜੀ 1% ਲੱਗਦਾ ਹੈਗਾ ਟ੍ਰੇਡਿੰਗ 'ਤੇ ਜੀ 2% ਲੱਗਦਾ ਮੈਨੂਫੈਕਚਰਿੰਗ 'ਤੇ ਜੀ ਅਤੇ 6% ਲੱਗਦਾ ਹੈਗਾ ਸਰਵਿਸ 'ਤੇ ਜੀ ਹਾਂ ਹੁਣ ਉਹੀ ਗੱਲ ਹੁਣ ਇਹ ਤਿੰਨ ਚੀਜ਼ਾਂ ਆ ਗਈਆਂ ਬਿਲਕੁਲ ਜੀ 1, 2 ਅਤੇ 6 ਹਾਂਜੀ ਵੀ ਜਿਹੜਾ ਬੰਦਾ ਟ੍ਰੇਡਿੰਗ ਕਰਦਾ ਇੱਕ ਸਮਾਨ ਤੋਂ ਇੱਕ ਜਗ੍ਹਾ ਤੋਂ ਲੈ ਕੇ ਸਮਾਨ ਦੂਜੀ ਜਗ੍ਹਾ ਦਿੱਤਾ ਬਿਲਕੁਲ ਉਹਦੇ 'ਤੇ 1% ਲੱਗਦਾ ਬਿਲਕੁਲ ਸਰ ਠੀਕ ਜਿਹੜਾ 2% ਹੈ ਉਹ ਲੱਗਣਾ ਹੈ ਮੈਨੂਫੈਕਚਰਿੰਗ 'ਤੇ ਬਿਲਕੁਲ ਜੀ ਹੈ ਨਾ ਜਿਹੜਾ ਬੰਦਾ ਮੈਨੂਫੈਕਚਰਿੰਗ ਕਰਦਾ ਬਿਲਕੁਲ ਸਰ ਅਤੇ 6% ਹੈ ਜਿਹੜਾ ਉਹ ਸਰਵਿਸ 'ਤੇ ਲੱਗਦਾ ਜੀ ਸਰਵਿਸ 'ਤੇ ਮਤਲਬ ਉਹ ਕਿਸ ਤਰ੍ਹਾਂ ਉਹ ਸਰਵਿਸ ਮਤਲਬ ਸਰ ਜਿਸ ਤਰ੍ਹਾਂ ਦੀ ਸਰਵਿਸ ਆਪਾਂ ਦਿੰਦੇ ਹੈਗੇ ਹਾਂ ਜਿਵੇਂ ਇੱਕ ਮੰਨ ਕੇ ਚੱਲੋ ਤੁਸੀਂ ਸੀ ਏ ਹੈ ਜੀ ਉਹ ਇੱਕ ਸਰਵਿਸ ਦੇ ਰਿਹਾ ਹੈਗਾ ਜੀ ਹਾਂ ਤੁਸੀਂ ਤਾਂ ਆਪਣੀ ਗੱਲ ਹੀ ਕਰਨੀ ਹੈ ਸੀ ਆ ਵੀ ਅਸੀਂ ਇਸ ਟਾਈਪ ਦਾ ਜਿਹੜਾ ਕੰਮ ਕਰਦੇ ਹਾਂ ਅੱਛਾ ਇੱਕ ਕੀ ਹੁੰਦਾ ਕਈ ਵਾਰੀ ਨਾ ਜਦੋਂ ਸਟਾਰਟ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਵੀ 2017 ਦੇ ਵਿੱਚ ਇਹ ਆਇਆ ਉਦੋਂ ਲੋਕਾਂ ਨੂੰ ਇੰਨਾ ਔਖਾ ਲੱਗਦਾ ਸੀਗਾ ਵੀ ਯਾਰ ਇਹਨੂੰ ਕਿਵੇਂ ਕਰਾਂਗੇ ਬਿਲਕੁਲ ਪਰ ਇਹਦੇ 'ਚ ਦੇਖੋ ਕੀ ਹੁੰਦਾ ਜਦੋਂ ਵੀ ਅਸੀਂ ਕੋਈ ਨਵਾਂ ਕੰਮ ਕਰਦੇ ਹਾਂ ਤਾਂ ਉਹਦੇ 'ਚ ਬੜੀਆਂ ਪ੍ਰੋਬਲਮਸ ਆਉਂਦੀਆਂ ਹੁਣ ਜੀ ਐਸ ਟੀ ਵੀ ਤੁਸੀਂ ਲੋਕ ਜਦੋਂ ਹੁਣ ਟੈਕਸੇਸ਼ਨ ਜਿਹੜੇ ਕੰਸਲਟੈਂਟ ਹੋ ਤੁਸੀਂ ਸਲਾਹ ਵੀ ਦਿੰਦੇ ਹੋਵੋਗੇ ਪਹਿਲਾਂ ਤਾਂ ਤੁਹਾਨੂੰ ਆਪ ਨੂੰ ਵਾਚਣਾ ਪਿਆ ਹੋਣਾ ਵੀ ਇਹ ਹੈ ਕੀ ਬਿਲਕੁਲ ਇਹਨੇ ਕੰਮ ਕਿੱਦਾਂ ਕਰਨਾ ਬਿਲਕੁਲ ਸਰ ਤਾਂ ਇਹਦੇ 'ਚ ਬੜੀਆਂ ਪ੍ਰੋਬਲਮਸ ਆਉਂਦੀਆਂ ਹੋਣਗੀਆਂ ਸਰ ਜੀ ਐਸ ਟੀ ਦੇ ਵਿੱਚ ਬੇਸਿਕਲੀ ਪ੍ਰੋਬਲਮਸ ਕੋਈ ਨਹੀਂ ਆਉਂਦੀਆਂ ਹੈਗੀਆਂ ਬਸ ਥੋੜ੍ਹਾ ਜਿਹਾ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈਗੀ ਹੈ ਪਹਿਲਾਂ ਵੈਟ ਦੇ ਵਿੱਚ ਕੀ ਹੁੰਦਾ ਸੀ ਆਪਾਂ ਕੋਈ ਵੀ ਰਿਟਰਨ ਫਾਈਲ ਕਰਦੇ ਸੀਗੇ ਉਹਦੇ ਵਿੱਚ ਆਪਾਂ ਕੋਈ ਮਿਸਟੇਕ ਹੋ ਜਾਂਦੀ ਹੈਗੀ ਸੀ ਤਾਂ ਉਸ ਨੂੰ ਆਪਾਂ ਚੇਂਜ ਕਰ ਸਕਦੇ ਸੀ
बट हुण जी एस टी दे विच की सिस्टम हैगा, अगर आपां कोई रिटर्न फाइल करदे आंगे, अगर कोई मिसटेक हैगी हैगी तां उस नूं आपां चेंज नहीं सर कर सकते हैगे। ਤੇ ਫਿਰ ਉਹਦੇ ਫਾਇਦੇ ਨੁਕਸਾਨ ਕੀ ਹੋ ਸਰ? ਉਹਦੇ ਫਾਇਦੇ ਇਹ ਹੈਗੇ ਆ ਜੀ, ਉਹਦਾ ਸਭ ਤੋਂ ਪਹਿਲਾਂ ਉਸਨੂੰ ਚੈੱਕ ਕਰੋ, ਚੈੱਕ ਕਰਕੇ ਉਸਨੂੰ ਫਿਰ ਰਿਟਰਨ ਫਾਈਲ ਕਰੋ ਤਾਂ ਕਿ ਅਗਰ ਕੋਈ ਮਿਸਟੇਕ ਹੁੰਦੀ ਆ ਤਾਂ ਪ੍ਰੋਪਰ ਨਿਕਲ ਸਕੇ। ਹਾਂ ਉਹੀ ਨਾ ਵੀ ਹੁਣ ਆ ਦੇਖੋ, ਗਲਤੀਆਂ ਹਰ ਇਨਸਾਨ ਤੋਂ ਹੁੰਦੀਆਂ, ਬੰਦਾ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਪਹਿਲਾਂ ਗਲਤੀ ਹੋ ਜਾਂਦੀ ਸੀ ਉਹਨੂੰ ਠੀਕ ਕਰ ਲੈਂਦੇ ਸੀ, ਹੁਣ ਜੀ ਐਸ ਟੀ ਦੇ ਵਿੱਚ ਕੋਈ ਇੱਦਾਂ ਦਾ ਪ੍ਰਾਵਧਾਨ ਤਾਂ ਹੋਊਗਾ ਜਿਹਦੇ 'ਚ ਤੁਸੀਂ ਉਹਨੂੰ ਠੀਕ ਕਰ ਸਕਦੇ ਹੋ? ਦੇਖੋ ਗੱਲ ਇੱਦਾਂ ਹੈ ਜੀ, ਕੋਈ ਪੁਰਾਣੀ ਰਿਟਰਨ ਜਿਹੜੀ ਆਪਾਂ ਫਾਈਲ ਕਰਤੀ, ਕੋਈ ਮਿਸਟੇਕ ਹੋਈ ਆ, ਉਹ ਆਪਾਂ ਚੇਂਜ ਨਹੀਂ ਕਰ ਸਕਦੇ। ਪਰ ਜਿਹੜੀ ਆਪਾਂ ਨਵੀਂ ਰਿਟਰਨ ਫਾਈਲ ਕਰ ਰਹੇ ਹੈਗੇ ਜੀ, ਉਹਦੇ ਵਿੱਚ ਕੋਈ ਵੀ ਘਾਟਾ ਵਾਧਾ ਹੈਗਾ ਉਹ ਆਪਾਂ ਚੇਂਜ ਕਰ ਸਕਦੇ। ਮਤਲਬ ਕਹਿ ਲਈਏ ਵੀ ਘੁੰਡੀਆਂ ਜਿਹੜੀਆਂ ਨੇ ਉਹ ਰੱਖੀਆਂ ਹੋਈਆਂ ਨੇ, ਐਸੀ ਗੱਲ ਨਹੀਂ ਵੀ ਜੇ ਪਹਿਲਾਂ ਮੰਨ ਲਓ ਕੋਈ ਗਲਤੀ ਹੋ ਗਈ ਤਾਂ ਅਗਲੀ ਜਦੋਂ ਰਿਟਰਨ ਭਰਨੀ ਹੈ ਤਾਂ ਉਹਦੇ ਵਿੱਚ ਇਹ ਹੋ ਜਾਂਦਾ ਵੀ ਉਹਨੂੰ ਉਸ ਤਰੀਕੇ ਨਾਲ ਠੀਕ ਕੀਤਾ ਜਾਂਦਾ। ਬਿਲਕੁਲ, ਤੁਹਾਡਾ ਕਹਿੰਦਾ ਮਤਲਬ ਇਹੀ? ਬਿਲਕੁਲ ਸਰ। ਅੱਛਾ ਦੇਖੋ, ਜੀ ਐਸ ਟੀ ਦਾ ਕੀ ਹੈ ਵੈਸੇ? ਮੈਂ ਵੈਸੇ ਪੁੱਛ ਲੈਣਾ, ਕਿਉਂਕਿ ਕਈ ਵਾਰੀ ਹੁੰਦਾ ਨਾ ਵੀ ਕਰਿਓਸਟੀ ਹੋ ਜਾਂਦੀ ਵੀ ਯਾਰ ਪੁੱਛੀ ਚਲੋ, ਆਹ ਸਵਾਲ ਪੁੱਛ ਲਓ, ਦਿਮਾਗ 'ਚ ਹੋ ਜਾਂਦੇ। ਮੈਂ ਤਾਂਹੀਓ ਨਾ ਕੁਛ ਸਵਾਲ ਜਿਹੜੇ ਨੇ ਲਿਖ ਕੇ ਰੱਖੇ ਨੇ। ਠੀਕ ਹੈ ਸਰ, ਕਿਉਂਕਿ ਇਹ ਵੀ ਪੁੱਛਣਾ ਜ਼ਰੂਰੀ ਹੁੰਦਾ। ਹਾਂਜੀ। ਅੱਛਾ, ਜੀ ਐਸ ਟੀ ਜਿਹੜੇ ਲੋਕ ਭਰਦੇ ਨੇ, ਕੀ ਇਹ ਵੀ ਪਹਿਲਾਂ ਤਾਂ ਇਨਕਮ ਟੈਕਸ ਰਿਟਰਨ ਕੋਈ ਭਰਦਾ ਸੀ ਜਾਂ ਵੈਟ ਕਰਦਾ ਸੀ ਤਾਂ ਅਲੱਗ ਅਲੱਗ ਹੋ ਜਾਂਦੀਆਂ ਸੀ? ਠੀਕ ਹੈ। ਹੁਣ ਜਦੋਂ ਜੀ ਐਸ ਟੀ ਤਿੰਨਾਂ ਨੂੰ ਮਿਲਾ ਕੇ ਇੱਕੋ ਬਣਾਤੀ? ਬਿਲਕੁਲ ਜੀ। ਤੇ ਇਹਦੇ 'ਚ ਕੋਈ ਫੀਸ ਫੂਸ ਦਾ ਕੀ, ਕੋਈ ਸਰਕਾਰ ਨੇ ਕੋਈ ਫਿਕਸ ਕੀਤੀ ਹੈ ਵੀ ਇੰਨੀ ਫੀਸ ਤੁਸੀਂ ਲੈਣੀ ਹੈ ਜਾਂ ਕੀ ਹੈ? ਨਹੀਂ ਸਰ, ਜੀ ਐਸ ਟੀ ਰਜਿਸਟ੍ਰੇਸ਼ਨ ਜੋ ਆਪਾਂ ਕਰਦੇ ਹੈਗੇ ਉਹਦੀ ਲੀਗਲ ਫੀਸ ਕੋਈ ਨਹੀਂ ਹੈ, ਫਰੀ ਆਫ ਕੋਸਟ ਹੈ ਜੀ, ਸਰਕਾਰ ਕੋਈ ਫੀਸ ਨਹੀਂ ਲੈਂਦੀ ਜੀ ਐਸ ਟੀ। ਸਰ ਦੇਖੋ, ਬਿਲਕੁਲ ਹਾਂ, ਇਹ ਵੀ ਗੱਲ ਹੈ ਵੀ ਕਹਿੰਦੇ ਨੇ ਵੀ ਸਰਕਾਰ ਕੋਈ ਫੀਸ ਨਹੀਂ ਲੈਂਦੀ, ਪਰ ਕੀ ਹੈ ਕਿ ਪਿੱਛੇ ਜੇ ਜੀ ਐਸ ਟੀ ਮੇਰੇ ਕਿਸੇ ਮਿੱਤਰ ਨੇ ਲੈਣਾ ਸੀ ਨੰਬਰ, ਤਾਂ ਉਹ ਸੁਣਨ ਦੇ ਵਿੱਚ ਆਇਆ ਵੀ 2000-2500 ਰੁਪਈਆ ਇੱਦਾਂ ਵੀ ਲੋਕ ਲਈ ਜਾਂਦੇ। ਸਰ ਬਿਲਕੁਲ ਸਰ, ਮਾਰਕੀਟ ਦੇ ਵਿੱਚ ਚੱਲਦਾ ਜੀ 2000-2500 ਰੁਪਏ ਜੀ, ਬਿਲਕੁਲ ਤੁਹਾਡੀ ਗੱਲ ਰਾਈਟ ਆ, ਬਟ ਸਾਡੀ ਫਰਮ ਤੁਹਾਨੂੰ ਫਰੀ ਆਫ ਕੋਸਟ ਅਪਲਾਈ ਕਰਵਾ ਕੇ ਦੇਗੀ ਜੀ। ਅੱਛਾ, ਮਤਲਬ ਤੁਸੀਂ ਇਹ ਕਹਿ ਰਹੇ ਹੋ? ਬਿਲਕੁਲ ਸਰ। ਮਤਲਬ ਤੁਸੀਂ ਲਾਲਚ ਦੇ ਰਹੇ ਹੋ ਮੈਨੂੰ? ਸਰ ਲਾਲਚ ਨਹੀਂ ਦੇ ਰਿਹਾ ਜੀ, ਇਹ ਸਾਡੀ ਵੈਲਕਮ ਸਕੀਮ ਹੈ ਜੀ ਕਲਾਇੰਟ ਦੀ। ਅੱਛਾ, ਜੋ ਸਾਡੀ ਬਿਜ਼ਨਸ ਫੈਮਿਲੀ ਦੇ ਵਿੱਚ ਆ ਕੇ ਸਾਨੂੰ ਜੁਆਇਨ ਕਰ ਰਿਹਾ ਹੈਗਾ, ਉਹਦੇ ਵਾਸਤੇ ਅਸੀਂ ਇੱਕ ਵੈਲਕਮ ਸਕੀਮ ਚਲਾਈ ਹੋਈ ਹੈਗੀ ਵੀ ਜਿਹੜਾ ਬੰਦਾ ਸਾਡੇ ਨਾਲ ਆ ਕੇ ਜੁੜੂਗਾ ਉਹਨੂੰ ਜੀ ਐਸ ਟੀ ਨੰਬਰ ਅਸੀਂ ਫਰੀ ਆਫ ਕੋਸਟ ਲੈ ਕੇ ਦੇਵਾਂਗੇ। ਅੱਛਾ ਚਲੋ, ਇਹ ਤਾਂ ਤੁਸੀਂ ਕਹਿਤਾ ਵੀ ਜੀ ਐਸ ਟੀ ਜਿਹੜੀ ਫਰੀ ਆਫ ਕੋਸਟ ਲੈ ਕੇ ਦਿਓਗੇ, ਇਹਦੇ ਹੁਣ ਕਿਸੇ ਨੇ ਜੀ ਐਸ ਟੀ ਨੰਬਰ ਲੈਣਾ ਉਹਨੂੰ ਕੀ ਡਾਕੂਮੈਂਟਸ ਕੀ ਕੁਛ ਚਾਹੀਦੇ? ਸਰ ਬੇਸਿਕ ਡਾਕੂਮੈਂਟਸ ਹੁੰਦੇ ਨੇਗੇ, ਪੈਨ ਕਾਰਡ ਜੀ, ਆਧਾਰ ਕਾਰਡ, ਪੈਨ ਕਾਰਡ, ਪਾਸਪੋਰਟ, ਆਧਾਰ, ਪਾਸਪੋਰਟ ਸਾਈਜ਼ ਫੋਟੋ ਜੀ, ਰੈਂਟ ਐਗਰੀਮੈਂਟ ਪਲੱਸ ਬਿਜਲੀ ਦਾ ਬਿੱਲ ਜੀ, ਪੰਜ ਚੀਜ਼ਾਂ ਹੋ ਗਈਆਂ। ਬਿਲਕੁਲ। ਤੇ ਇਹ ਅੱਛਾ, ਇਹਨੂੰ ਫਿਰ ਕੋਈ ਬੰਦੇ ਨੇ ਆਪ ਕਰਨਾ ਹੁੰਦਾ ਕਿ ਤੁਹਾਨੂੰ ਦੇਤੀ ਵੀ ਤੁਸੀਂ ਆਪਣਾ ਕਰ ਦੇਣਾ? ਬਿਲਕੁਲ ਸਰ, ਅਸੀਂ ਕਰਵਾ ਦਾਂਗੇ ਜੀ। ਤੁਸੀਂ ਕਰਵਾ ਦਿਓ? ਟਾਈਮ ਕਿੰਨਾ ਕੁ ਲੱਗਦਾ ਇਹਦੇ ਤੇ? ਇਹ ਬੇਸਿਕਲੀ ਸਰ 10-15 ਦਿਨ ਲੱਗਦੇ ਆ ਜੀ। ਅੱਛਾ, ਇਹ ਸਾਰਾ ਆਨਲਾਈਨ ਹੁੰਦਾ? ਬਿਲਕੁਲ ਸਰ, ਆਨਲਾਈਨ ਹੁੰਦਾ ਹੈ ਜੀ। ਅੱਛਾ, ਇੱਕ ਇਹ ਵੀ ਸੀਗਾ ਵੀ ਕਰਕੇ ਜੀ ਐਸ ਟੀ ਜਿਨ੍ਹਾਂ ਕੋਲ ਜੀ ਐਸ ਟੀ ਨਹੀਂ ਹੈਗੀ ਉਹ ਵੀ ਕੀ ਹੁੰਦਾ ਕਿ ਜਿਹੜੇ ਹੁਣ ਛੋਟੇ ਦੁਕਾਨਦਾਰ ਨੇ ਜਾਂ ਛੋਟੇ ਬਿਜ਼ਨਸਮੈਨ ਨੇ ਉਹਨਾਂ ਕੋਲ ਕਈ ਲੋਕ ਡਰਦੇ ਨੇ ਯਾਰ ਵੀ ਪਤਾ ਨਹੀਂ ਜੀ ਐਸ ਟੀ ਨੂੰ ਨਾ ਹਊਆ ਮੰਨ ਲੈਂਦੇ। ਬਿਲਕੁਲ। ਵੀ ਲਵਾਂਗੇ ਯਾਰ ਐਵੇਂ ਕਾਗਜ਼ਾਂ ਦੇ ਐਵੇਂ ਫਸ ਜਾਵਾਂਗੇ, ਪਤਾ ਨਹੀਂ ਆਹ ਹੋ ਜਾਵੇ ਉਹ ਹੋ ਜਾਵੇ, ਕਿਉਂਕਿ ਹੁੰਦਾ ਨਾ ਕਈ ਵਾਰੀ ਕਿਉਂਕਿ ਨਵੀਂ ਚੀਜ਼ 2017 ਦੀ ਆਈ ਹੈ ਭਾਵੇਂ ਚਲੋ 4 ਸਾਲ ਹੋ ਗਏ। ਬਿਲਕੁਲ ਜੀ। ਪਰ ਉਹਨਾਂ ਨੂੰ ਥੋੜ੍ਹਾ ਕੁ ਤਾਂ ਹੁੰਦਾ ਖਦਸ਼ਾ ਵੀ ਕੀ ਕਰੀਏ, ਲਈਏ ਨਾ ਲਈਏ, ਕੀ ਕਰੀਏ, ਉਹਨਾਂ ਨੂੰ ਕੀ ਕਰਨਾ ਕੀ ਚਾਹੀਦਾ? ਸਰ ਉਹਨਾਂ ਨੂੰ ਬੁੱਕਸ ਆਫ ਅਕਾਊਂਟਸ ਐਂਡ ਇਨਕਮ ਟੈਕਸ ਰਿਟਰਨ ਫਾਈਲ ਕਰਨੀ ਚਾਹੀਦੀ ਹੈ ਜੀ। ਅੱਛਾ, ਉਹਦਾ ਰੀਜ਼ਨ ਕੀ ਆ? ਸਪੋਜ਼ ਕਰੋ ਉਹਨਾਂ ਨੇ ਕੋਈ ਬੈਂਕ ਐਂਟਰੀ ਕਰ ਲਈ, ਠੀਕ ਹੈ, ਉਹਦੇ ਵਿੱਚ ਉਹਨਾਂ ਨੇ ਬੁੱਕਸ ਆਫ ਅਕਾਊਂਟ ਕੋਈ ਮੇਨਟੇਨ ਨਹੀਂ ਕੀਤਾ, 2 ਸਾਲ ਪਹਿਲਾਂ ਦੀ ਕੋਈ ਐਂਟਰੀ ਦੇ ਵਿੱਚ ਆਪਾਂ ਨੂੰ ਜੀ ਐਸ ਟੀ ਡਿਪਾਰਟਮੈਂਟ 'ਚ ਕੋਈ ਨੋਟਿਸ ਆ ਜਾਂਦਾ ਹੈਗਾ ਵੀ ਸਰ ਤੁਸੀਂ ਆਹ ਐਂਟਰੀਜ਼ ਹੈਗੀਆਂ, ਤੁਸੀਂ ਸਾਨੂੰ ਇਹਨੂੰ ਰੈਕਟੀਫਾਈ ਕਰੋ, ਦੱਸੋ ਵੀ ਕੀ ਕਿਹੜੀ ਐਂਟਰੀ ਕਿੱਥੋਂ ਆਈ ਹੈ, ਕਿੱਥੋਂ ਗਈ ਹੈ, ਤੁਹਾਡੇ ਕੋਲ ਕਿੱਥੋਂ ਆਈ। ਤੁਸੀਂ ਇੱਕ ਗੱਲ ਕਹੀ ਵੀ ਬੁੱਕ ਆਫ ਅਕਾਊਂਟਸ ਆ ਜਿਹੜੀ, ਹਾਂਜੀ, ਉਹ ਬੰਦੇ ਨੂੰ ਲਾਣੀ ਚਾਹੀਦੀ ਹੈ। ਹਰ ਬੰਦਾ ਲਾਉਂਦਾ? ਬਿਲਕੁਲ ਲਾਉਂਦਾ। ਉਹ ਲਾਉਂਦਾ ਹੈ ਨਾ, ਪਰ ਜੀ ਐਸ ਟੀ ਨਹੀਂ ਭਰਦਾ, ਠੀਕ ਹੈ ਜੀ, ਉਹਨੂੰ ਕੀ ਨੁਕਸਾਨ ਹੋ ਸਕਦਾ? ਸਰ ਗੱਲ ਇੱਦਾਂ ਹੈ ਜੀ ਵੀ ਇਹ ਦੇਖਣਾ ਪੈਂਦਾ ਹੈਗਾ ਜੀ ਵੀ ਕਿਹੜੇ ਪਰਸਨ 'ਤੇ ਜੀ ਐਸ ਟੀ ਨੰਬਰ ਲੈਣਾ ਐਪਲੀਕੇਬਲ ਹੈਗਾ ਅਤੇ ਕਿਹੜੇ ਬੰਦੇ 'ਤੇ ਨਹੀਂ ਹੈਗਾ। ਓਕੇ, ਠੀਕ ਹੈ ਜੀ, ਅਗਰ ਤਾਂ ਉਹਨੂੰ ਜੀ ਐਸ ਟੀ ਨੰਬਰ ਐਪਲੀਕੇਬਲ ਹੈਗਾ ਉਸ 'ਤੇ ਜੀ ਤਾਂ ਉਸਨੂੰ ਲੈਣਾ ਹੀ ਪਏਗਾ। ਅਗਰ ਉਸ 'ਤੇ ਨਹੀਂ ਐਪਲੀਕੇਬਲ ਹੈਗਾ ਜੀ ਤਾਂ ਉਹ ਆਪਣੀ ਬੁੱਕਸ ਆਫ ਅਕਾਊਂਟ ਮੇਨਟੇਨ ਕਰੇ ਜੀ ਐਸ ਟੀ ਡਿਪਾਰਟਮੈਂਟ ਦੇ ਵਿੱਚੋਂ, ਅਗਰ ਕੋਈ ਕੁਐਰੀ ਆਉਂਦੀ ਹੈਗੀ ਆ ਤਾਂ ਆਪਣੇ ਬੁੱਕਸ ਆਫ ਅਕਾਊਂਟਸ ਦਿਖਾਵੇ ਤਾਂ ਦੈਟਸ ਆਲ। ਓਕੇ, ਮਤਲਬ ਇਹਨਾਂ ਦਾ ਮੈਨੂੰ ਲੱਗਦਾ ਵੀ ਨਿਸ਼ਾਂਤ ਜੀ ਦਾ ਜਿਹੜਾ ਕਹਿਣਾ ਵੀ ਇਹ ਜ਼ਰੂਰੀ ਨਹੀਂ ਹੈ ਨਾ ਵੀ ਜਿਹਦੇ 'ਤੇ ਐਪਲੀਕੇਬਲ ਹੈਗਾ ਜਿਹਨੂੰ ਚਾਹੀਦਾ ਉਹਨੂੰ ਜੀ ਐਸ ਟੀ ਨੰਬਰ ਇਹਦਾ ਲੈਣਾ ਚਾਹੀਦਾ, ਪਰ ਇੱਕ ਗੱਲ ਇਹ ਵੀ ਹੈ ਵੀ ਜਿਹੜੀ ਬੁੱਕ ਆਫ ਅਕਾਊਂਟਸ ਹੈ
वह जी है वह लानी बहुत जरूरी है, वो तुम लाओ क्योंकि जो भी डिपार्टमेंट तो कोई आया उन्होंने कहा भी हाँ जी तुम अपने डॉकूमेंट्स दिखाओ तो दिखा सकते भी यह जी चीज़ है साढ़े GST एप्लीकेबल नहीं हैगी, भी साढ़े लिए जरूरी नहीं हैगी। कि होंगे कि हम जिस तरह मैं इन्हों गल कर रहा जोड़े तो मेरे मन के सवाल आए वह मैं लिख ले भी इन्हों मैं पूछने हूँ की होंगे कई बार तुम कई भरा जे इस प्रोग्राम को देख रहे हैं उन्होंने लगता भी यार मेरे दिमाग चाह क्वेश्चन है सवाल है मैं भी पूछना तो मैं तुम्हें एक दसा भी इन्हों का नंबर है जो निशान जी का थले चलता पाया तुम इन्हों फोन करके जो मर्जी पूछ सकते हो कि यह किमें हो सकता क्योंकि सारे सवाल मैं इस प्रोग्राम के नहीं पूछ सकता जिन्हें जिन्हें मैंने समझ आई गए उन्हें उन्हें मैं अपनी डायरी के लिख ले भी जो निशान जी ने इस प्रोग्राम के आना तो मैं इन्हों सवाल जरूर कराँगा। तुसी कोशिश करो कि इन्हों का जो नंबर है वो उत्ते कॉल करके इन्हों जरूर पूछो। अच्छा एक एक चलो मैं उ हों भी बंदे ना की होंगे पैसे की अजकल बहुत किल्लत चलती पी है बिल्कुल सर हरेक बंदा कहता है भी मैनू जितों चार पैसे बचते हैं ना मैं वो बचा ला वैसे पूछ रहे हैं भी तुसी जो GST भरवाने हो चलो GST की रजिस्ट्रेशन देता तुसी कोई पैसे नहीं लेंगे बिल्कुल बिजनेस है तुसी ये काम करते हो जो भरवाने हो वो किन्ने को पैसे वैसे मार्केट किन्ने को चलते हैं या तुसी किन्ने को ले रहे हो? सर असी बड़े नॉमिनल जे चार्जस लेने हैंगे भी जिदे नाल क्लाइंट काम करवा के सैटिस्फैक्शन होंगी हैगी भी हाँ भी मेरे को नॉमिनल चार्जस ही लेते हैं। देखो तुसी जिहड़ी गल कीती ने नॉमिनल दी बिल्कुल हुण नॉमिनल एक तो जिहड़ा हैगा आम दुकानदार बिल्कुल उहदे लई तां नॉमिनल थोड़े पैसे भी है जिहड़ा वड्डा बिजनेसमैन है ਉਹਦੇ ਲਈ ਪੈਸੇ ਜ਼ਿਆਦਾ ਉਹ ਨੋਮੀਨਲ ਹੈ ਉਹਦੇ ਵੀ ਇੱਕ ਰੇਸ਼ੋ ਹੁੰਦੀ ਹੈ ਨਾ ਹਾਂਜੀ ਵੈਸੇ ਮੈਨੂੰ ਦੱਸ ਦਿਓ ਵੀ ਤੁਸੀਂ ਅੰਦਾਜ਼ਾ ਸਰ ਉਹਦੇ ਵਿੱਚ ਅਸੀਂ ਅਕਾਊਂਟਿੰਗ ਦੇ GST ਦੇ ਪਲੱਸ ਇਨਕਮ ਟੈਕਸ ਦੇ ਜੀ ਅਸੀਂ 1000 ਪਰ ਮੰਥ ਚਾਰਜ ਕਰਦੇ ਹਾਂ ਜੀ ਤਿੰਨਾਂ ਦੇ ਤਿੰਨਾਂ ਮਤਲਬ ਇੱਕ ਦੇ 1000 ਕਿ ਤਿੰਨਾਂ ਦੇ 1000 ਤਿੰਨਾਂ ਦੇ 1000 ਸਰ ਤਿੰਨਾਂ ਦਾ 1000 ਬਿਲਕੁਲ ਇਹ ਅੱਛਾ ਇਹ ਮਤਲਬ ਇਹ ਤਾਂ ਫਿਰ ਕੋਈ ਜ਼ਿਆਦਾ ਪੈਸੇ ਬਿਲਕੁਲ ਸਰ ਬਿਲਕੁਲ ਬੜੇ ਨੋਮੀਨਲ ਜਿਹੇ ਚਾਰਜਿਸ ਅਸੀਂ ਰੱਖੇ ਹੋਏ ਹੈਗੇ ਨੇਗੇ ਜਿਹਦੇ ਨਾਲ ਕੀ ਹੈਗਾ ਅਸੀਂ ਕਲਾਇੰਟ ਨੂੰ ਸਰ ਅਸੀਂ ਸਰਵਿਸ ਦਿੰਦੇ ਹਾਂ ਜੀ ਪਰ ਨਹੀਂ ਮਾਰਕੀਟ ਦੇ ਵਿੱਚ ਤਾਂ ਇਹਨਾਂ ਚੀਜ਼ਾਂ ਦੇ ਪੈਸੇ ਬਹੁਤ ਜ਼ਿਆਦਾ ਲੈ ਰਹੇ ਬ੍ਰਦਰ ਬਿਲਕੁਲ ਸਰ ਬਿਲਕੁਲ ਲੈਂਦੇ ਹੋਣਗੇ ਬਟ ਸਾਡੇ ਰੇਟ ਸਰ ਬਿਲਕੁਲ ਇਹ ਨੇ ਚਲੋ ਹਰ ਬੰਦੇ ਦਾ ਹੁੰਦਾ ਕਿ ਅਸੀਂ ਇੰਨੇ ਕੁ ਪੈਸੇ ਲੈਣੇ ਨੇ ਇਹ ਤਾਂ ਫਿਰ ਸੇਵਾ ਹੀ ਹੋ ਗਈ ਬਿਲਕੁਲ ਸਰ ਬਿਲਕੁਲ ਬਿਲਕੁਲ ਸੇਵਾ ਹੀ ਕਹੀਏ ਵੀ 1000 ਰੁਪਏ ਇਹਨਾਂ ਤਿੰਨਾਂ ਚੀਜ਼ਾਂ ਦਾ ਤਾਂ ਕੋਈ ਜ਼ਿਆਦਾ ਨਹੀਂ ਵੈਸੇ ਮੇਰਾ ਇਸ ਪ੍ਰੋਗਰਾਮ 'ਚ ਪੁੱਛਣਾ ਬਣਦਾ ਨਹੀਂ ਸੀ ਪੈਸੇ ਦਾ ਪਰ ਮੈਨੂੰ ਇਹ ਲੱਗਿਆ ਕਿਉਂਕਿ ਦੇਖੋ ਪਤਾ ਕੀ ਕਰੋਨਾ ਚੱਲਦਾ ਪਿਆ ਹਰ ਬੰਦਾ ਇਹ ਸੋਚਦਾ ਵੀ ਮੈਂ ਕਿੱਥੋਂ ਕਿੰਨੇ ਕੁ ਪੈਸੇ ਬਚਾਉਣੇ ਨੇ ਤਾਂ ਮੈਂ ਪੁੱਛ ਲਿਆ ਵੀ ਚਲੋ ਇਹ ਹੋ ਜਾਂਦਾ। ਅੱਛਾ ਉਸ ਤੋਂ ਬਾਅਦ ਇਨਕਮ ਟੈਕਸ ਰਿਟਰਨ ਵੀ ਭਰਦੇ ਆ ਬਿਲਕੁਲ ਉਹ ਵੀ ਤੁਸੀਂ ਭਰਦੇ ਹੋ ਬਿਲਕੁਲ ਸਰ ਬਿਲਕੁਲ ਭਰਵਾਉਣਾ ਜੀ ਉਹਦੇ ਫਿਰ ਹੁਣ ਮਿਲਦਾ ਤਾਂ ਮਾਰਕੀਟ 'ਚ ਉਹਦੇ ਤਾਂ 500-700 ਹਜ਼ਾਰ ਰੁਪਏ ਸ਼ਾਇਦ ਲੈਂਦੇ ਨਹੀਂ ਸਰ ਓਨਲੀ 300 ਜੀ ਪਰ ਮੰਥ ਕੇ ਨਹੀਂ ਸਰ ਈਅਰ ਇੱਕ ਸਾਲ ਦੇ ਵਿੱਚ ਇੱਕ ਵਾਰ ਭਰੀ ਜਾਂਦੀ ਹੈ ਓਨਲੀ 300 300 ਰੁਪਏ ਬਿਲਕੁਲ ਸਰ ਇਹ ਵੀ ਦੇਖੋ ਮੈਂ ਫਰੈਂਕਲੀ ਮੈਂ ਭਰਵਾਉਣਾ ਤਾਂ ਮੈਨੂੰ ਲੱਗਦਾ ਚਲੋ ਮੈਂ ਉਹਦਾ ਰੇਟ ਨਹੀਂ ਦੱਸਣਾ ਕਿੰਨਾ ਪਰ ਇਹ 300 ਰੁਪਏ ਲੱਗਦੇ ਮੈਨੂੰ ਲੱਗਦਾ ਪਹਿਲਾ ਗਾਹਕ ਤਾਂ ਇਹਨਾਂ ਦਾ ਮੈਂ ਬਣ ਗਿਆ ਅਤੇ ਅੱਛਾ ਇੱਕ ਇੱਕ ਮੈਂ ਉਹ ਵੀ ਸੋਚਿਆ ਸੀਗਾ ਵੀ ਹੁਣ ਜਿਵੇਂ ਬੁੱਕਸ ਆਫ ਅਕਾਊਂਟ ਅਤੇ ITR ਇਹਦੇ ਵਿੱਚੋਂ ਹੁਣ ਤੁਸੀਂ ਤਿੰਨ ਚੀਜ਼ਾਂ ਦਾ ਤਾਂ ਇਹ ਕਹਿਤਾ ਸੀਗਾ ਵੀ ਅਸੀਂ ਜੀ 1000 ਰੁਪਇਆ ਲੈਂਦੇ ਹਾਂ ਬਿਲਕੁਲ ਸਰ ਬਿਲਕੁਲ ਜੀ ਹੁਣ ਦੋ ਚੀਜ਼ਾਂ ਨੇ ਬੁੱਕਸ ਆਫ ਅਕਾਊਂਟ ਅਤੇ ITR ਮਤਲਬ ਉਹਨੂੰ ਵੀ ਅਗਲਾ ਕਹਿੰਦਾ ਵੀ ਆਹ ਦੋ ਚੀਜ਼ਾਂ ਹੀ ਅਸੀਂ ਕਰਵਾਉਣੀਆਂ ਜੀ ਹੁਣ ਜਿਹਦੀ GST ਲੱਗਦੀ ਨਹੀਂ ਬਿਲਕੁਲ ਸਰ ਉਹ ਫਿਰ ਉਹ ਕੀ ਕਰੇ ਉਹ ਤੁਹਾਨੂੰ ਫਾਲਤੂ ਪੈਸੇ ਥੋੜ੍ਹਾ ਜਾਏਗਾ ਸਰ ਬੁੱਕਸ ਆਫ ਅਕਾਊਂਟ ਪਲੱਸ ITR ਅਗਰ ਆਪਾਂ ਫਾਈਲ ਕਰਵਾਉਂਦੇ ਹਾਂ ਤਾਂ ਉਹਦਾ ਸਿਰਫ ਓਨਲੀ ਸਰ ਤੁਸੀਂ ਇਹ ਮੰਨ ਕੇ ਚੱਲੋ ਅਸੀਂ 500 ਚਾਰਜਸ ਲੈਂਦੇ ਹਾਂ ਪਰ ਮੰਥ ਦਾ ਜੀ ਦੋਨਾਂ ਦਾ ਦੋਨਾਂ ਦਾ ਜੀ। ਅੱਛਾ ਮਤਲਬ ਉਹ 500 ਰੁਪਏ ਉਹ ਵੀ ਬਚ ਗਿਆ ਇਹ ਦੋ ਚੀਜ਼ਾਂ ਦਾ ਬਿਲਕੁਲ ਸਰ ਇਹ ਵੀ ਹੋ ਗਿਆ ਮਤਲਬ ਕਈ ਉਹ ਜਿਵੇਂ ਜਿਵੇਂ ਮੇਰੇ ਦਿਮਾਗ ਦੇ ਵਿੱਚ ਸਵਾਲ ਆਉਂਦੇ ਮੈਂ ਤਿਵੇਂ ਤਿਵੇਂ ਤੁਹਾਨੂੰ ਪੁੱਛਦੇ ਜਾਣੇ ਨੇ। ਅੱਛਾ ਕੀ ਹੁੰਦਾ ਕਿ ਜਦੋਂ ਵੀ ਹੁਣ ਅੱਜ ਕੱਲ੍ਹ ਆਪਾਂ ਕੋਈ ਕੰਮ ਕਰਦੇ ਨਾ ਤੁਸੀਂ ਕਿਸੇ ਬੈਂਕ ਦੇ ਵਿੱਚੋਂ ਲੋਨ ਵੀ ਲੈਣਾ ਤੁਸੀਂ ਕੋਈ ਵੈਲੂਏਸ਼ਨ ਕਰਵਾਉਣੀ ਹੈ ਤੁਸੀਂ ਹੁਣ ਜਿਵੇਂ ਜਿਵੇਂ ਮੇਰੇ ਜ਼ਿਆਦਾ ਕਲਾਇੰਟ ਹੈ ਕਹਿ ਲਓ ਵੀ ਇਮੀਗ੍ਰੇਸ਼ਨ ਦੇ ਨੇ ਬਿਲਕੁਲ ਸਰ ਕਿਸੇ ਬੱਚੇ ਨੇ ਐਬਰੋਡ ਜਾਣਾ ਉੱਥੇ ਵੀ ਕੀ ਹੁੰਦਾ ਵੀ ਉੱਥੇ ਵੀ CA ਦੀ ਰਿਪੋਰਟ ਹੈ ਜਿਹੜੀ ਉਹ ਮੰਨੀ ਜਾਂਦੀ ਹੈ ਵੀ ਹਾਂ ਜੀ CA ਸਾਹਿਬ ਤੋਂ ਤੁਸੀਂ ਰਿਪੋਰਟ ਕਰਾ ਕੇ ਆਓ ਬਿਲਕੁਲ ਚੱਲਦੀ ਹੈ ਜੀ ਉਹ ਕਿਵੇਂ ਚੱਲਦਾ ਉਹ ਕਰਵਾਉਂਦੇ ਹੋ ਤੁਸੀਂ? ਬਿਲਕੁਲ ਸਰ ਬੇਸਿਕਲੀ ਸਰ ਉਹ CA ਰਿਪੋਰਟ ਨੂੰ ਆਪਾਂ ਨੈਟਵਰਥ ਰਿਪੋਰਟ ਬੋਲਦੇ ਹਾਂਗੇ ਨੈਟਵਰਥ ਨੈਟਵਰਥ ਰਿਪੋਰਟ ਬੋਲਦੇ ਹਾਂ। ਓਕੇ ਉਹ ਕੀ ਹੁੰਦੀ ਹੈ? ਉਹਦੇ 'ਚ ਸਰ ਕੀ ਹੁੰਦਾ ਪਰਸਨ ਦੀ ਆਪਾਂ ਵਰਥ ਦਿਖਾਉਣੀ ਹੁੰਦੀ ਹੈਗੀ ਕਿ ਪਰਸਨ ਦੀ ਕਿੰਨੀ ਵਰਥ ਹੈ ਜੀ ਕਿੰਨੀ ਉਹਨਾਂ ਕੋਲ ਪ੍ਰੋਪਰਟੀ ਹੈਗੀ ਆ ਕੀ ਉਹਨਾਂ ਕੋਲ ਗੋਲਡ ਹੈਗਾ ਗਾ ਕੀ ਉਹਨਾਂ ਕੋਲ ਵਹੀਕਲ ਨੇਗੇ ਕੀ ਉਹਨਾਂ ਕੋਲ ਬੈਂਕ ਬੈਲੈਂਸ ਨੇ ਅਤੇ ਕੀ ਉਹਨਾਂ ਕੋਲ ਇਨਕਮ ਟੈਕਸ ਰਿਟਰਨਸ ਨੇ। ਓਕੇ ਇਹਨਾਂ ਤਕਰੀਬਨ ਜਿਵੇਂ ਪ੍ਰੋਪਰਟੀਜ਼ ਹੋ ਗਈਆਂ ਗੋਲਡ ਹੋ ਗਿਆ ਇਹਨਾਂ ਤਕਰੀਬਨ ਵੈਲੂਏਸ਼ਨਸ ਕਰਵਾ ਕੇ ਜੀ ਵੈਲੂਏਸ਼ਨਸ ਕਰਵਾਉਣ ਤੋਂ ਬਾਅਦ ਉਹ CA ਰਿਪੋਰਟ ਦੇ ਵਿੱਚ ਪੈਂਦੀ ਹੈ। ਓਕੇ ਅਤੇ ਇਹ ਜਿਵੇਂ ਹੁਣ ਤੁਸੀਂ ਦੱਸਿਆ ਵੀ ਤੁਹਾਡੇ ਕੋਲ ਕਿੰਨੀ ਪ੍ਰੋਪਰਟੀ ਹੈ ਕਿੰਨਾ ਲੋਨ ਆਪਣੇ ਗੋਲਡ ਹੈ ਜਾਂ ਤੁਹਾਡੇ ਕੋਲ ਕੈਸ਼ ਕਿੰਨਾ ਇਹ ਸਾਰਾ ਇਸ CA ਸਾਹਿਬ ਜਿਹੜਾ ਉਹ ਦੇਖ ਕੇ ਆਪਣੀ ਰਿਪੋਰਟ ਬਣਾ ਦਿੰਦੇ। ਬਿਲਕੁਲ ਸਰ ਇਹ ਤਾਂ ਬੰਦਾ ਆਪ ਵੀ ਦੱਸ ਸਕਦਾ ਵੀ ਮੇਰੇ ਕੋਲ ਜੀ ਇੰਨਾ ਕੈਸ਼ ਹੈ
ਮੇਰੇ ਕੋਲ ਇੰਨੀ ਪ੍ਰਾਪਰਟੀ ਕਿ ਉਹ ਵੈਲਿਊ ਨਹੀਂ ਸਰ ਉਹ ਵੈਲਿਊਅਰ ਪਵਾ ਕੇ ਦਿੰਦਾ ਜੀ ਵੈਲਿਊਅਰ ਪਵਾ ਕੇ ਦਿੰਦਾ ਅੱਛਾ ਇਹ ਵੀ ਹੁੰਦਾ ਨਾ ਵੀ ਇਹ ਤਾਂ ਫਿਰ ਬੰਦਾ ਮੇਰੇ ਵਰਗਾ ਆਪ ਹੀ ਕਹਿ ਦਿੰਦਾ ਵੀ ਨਹੀਂ ਮੇਰੇ ਕੋਲ ਤਾਂ ਇੰਨੇ ਪੈਸੇ ਆ ਤਾਂ ਆਪਣੀ ਵੈਲਿਊ ਜਦੋਂ ਵਧਾ ਕੇ ਦੱਸਦਾ ਬਿਲਕੁਲ ਸਰ ਤੇ ਅੱਛਾ ਚਲੋ ਹੁਣ ਤੁਸੀਂ ਇੰਨੇ ਰੇਟ ਦੱਸ ਹੀ ਦਿੱਤੇ ਆ ਤਾਂ ਮੈਨੂੰ ਇਹਦਾ ਵੀ ਦੱਸ ਦਿਓ ਵੀ ਤੁਸੀਂ ਸਪੋਜ਼ ਕੋਈ ਰਿਪੋਰਟ ਬਣਾ ਕੇ ਦਿੰਦੇ ਹੋ ਇਹ ਜਦੋਂ ਆ ਸਾਰੀ ਸਹੀ ਰਿਪੋਰਟ ਹੋ ਗਈ ਬਣਵਾ ਕੇ ਦਿੰਦੇ ਹੋ ਹਾਂਜੀ ਬਣਾਉਂਦੇ ਹੋ ਕਿ ਬਣਵਾ ਕੇ ਦਿੰਦੇ ਨਹੀਂ ਸਰ ਬਣਵਾ ਕੇ ਦਿੰਦੇ ਬਣਵਾ ਕੇ ਦਿੰਦੇ ਕਿਉਂਕਿ ਮੈਂ ਇਹ ਕਹਿੰਦਾ ਵੀ ਜੇ ਤੁਸੀਂ ਸੀਏ ਹੁੰਦੇ ਤਾਂ ਤੁਸੀਂ ਪਹਿਲਾਂ ਲਿਖਿਆ ਹੋਣਾ ਸੀ ਬਿਲਕੁਲ ਸਰ ਬਿਲਕੁਲ ਬਿਲਕੁਲ ਨਹੀਂ ਉਹੀ ਗੱਲ ਹੈ ਦੇਖੋ ਕਿਉਂਕਿ ਕੰਸਲਟੈਂਟ ਨੇ ਹੈ ਨਾ ਅਤੇ ਇਹਨਾਂ ਨੂੰ ਪੁੱਛਣਾ ਸਾਡਾ ਬਣਦਾ ਸੀ ਵੀ ਅੰਦਾਜ਼ਾ ਤੁਸੀਂ ਤੁਸੀਂ ਕਿੰਨੇ ਕੁ ਪੈਸੇ ਲੈ ਲੈਂਦੇ ਸਰ ਅਸੀਂ ਅਗਰ ਇਕੱਲੀ ਸੀਏ ਰਿਪੋਰਟ ਸਾਡੇ ਤੋਂ ਕਰਵਾਉਣੀ ਆ ਤਾਂ ਓਨਲੀ 500 ਲੈਂਦੇ ਹਾਂ ਜੀ ਅਸੀਂ ਇਸ ਚੀਜ਼ ਦਾ ਸਾਰੇ ਸਾਰੇ ਵਿੱਚ ਸਾਰਾ ਕੁਛ ਆ ਗਿਆ ਨਹੀਂ ਸਰ ਉਸ ਦਾ ਅਸੀਂ 1500 ਲੈਂਦੇ ਅਗਰ ਸਾਡੇ ਤੋਂ ਕੰਪਲੀਟ ਕਰਵਾਉਂਦੇ ਹੋ ਉਹ ਕੀ ਹੁੰਦਾ ਸਰ ਮਤਲਬ ਪ੍ਰੋਪਰਟੀਜ਼ ਵੈਲਿਊਸ਼ਨਸ ਹੋ ਗਈਆਂ ਕੋਲਡ ਵੈਲਿਊਸ਼ਨਸ ਹੋ ਗਏ ਜਾਂ ਅਦਰ ਕੋਈ ਡਾਕੂਮੈਂਟਸ ਹੋਰ ਹੁੰਦੇ ਹੈਗੇ ਨੇਗੇ ਹੈ ਨਾ ਤਾਂ ਉਹਦੇ ਵਿੱਚ ਅਸੀਂ 1500 ਚਾਰਜ ਕਰਦੇ ਹਾਂ ਪੂਰੀ ਦਾ ਪੂਰਾ ਅਗਰ ਤੁਸੀਂ ਇਕੱਲੀ ਸੀਏ ਰਿਪੋਰਟ ਕਰਵਾਉਣੀ ਹੈ ਸਾਡੇ ਤੋਂ ਓਨਲੀ 500 ਦੇਖੋ ਇੱਕ ਹਊਆ ਜਿਹਾ ਮੈਨੂੰ ਵੀ ਲੱਗਦਾ ਹੁੰਦਾ ਸੀ ਅੱਜ ਤੋਂ ਪਹਿਲਾਂ ਇਹਨਾਂ ਨਾਲ ਗੱਲਬਾਤ ਕਰਨ ਦਾ ਵੀ GST ਯਾਰ ਕੀ ਹੁੰਦਾ ਕਿਉਂਕਿ ਜਿਸ ਲਾਈਨ 'ਚ ਪਏ ਨਹੀਂ ਉਹਦਾ ਤੁਹਾਨੂੰ ਪਤਾ ਨਹੀਂ ਬੜੇ ਲੋਕ ਵੀ ਇੱਦਾਂ ਦੇ ਹੋਣਗੇ ਜਿਨ੍ਹਾਂ ਨੂੰ ਲੱਗਦਾ ਹੋਣਾ ਵੀ GST ਕੀ ਹੈ ਜਾਂ ਇੱਕ CA ਵੈਸੇ ਵੀ CA ਇੱਕ ਜਿਹੜਾ ਨਾ ਬੜਾ ਰੈਪਿਊਟਡ ਜਿਹਾ ਪ੍ਰੋਫੈਸ਼ਨ ਹੈ ਅਤੇ ਬੰਦਾ ਗੱਲ ਕਰਦਾ ਵੀ ਝਿਜਕਦਾ ਵੀ CA ਸਾਹਿਬ ਅਸੀਂ ਇਹਨੂੰ ਕਿਵੇਂ ਕਰੀਏ ਤਾਂ ਕਈ ਗੱਲਾਂ ਹੁੰਦੀਆਂ ਜਿਹੜੀਆਂ ਆਪਾਂ ਨਹੀਂ ਕਰ ਸਕਦੇ ਹੁੰਦੇ ਸਮਝ ਨਹੀਂ ਆਉਂਦੀ ਵੀ ਇਹਨਾਂ ਲੋਕਾਂ ਨਾਲ ਕਿਵੇਂ ਜਿਵੇਂ ਡਾਕਟਰਸ ਹੋ ਗਏ CA ਹੋ ਗਏ ਹੈ ਨਾ ਇਹ ਇਹਨਾਂ ਨਾਲ ਗੱਲ ਕਰਦਾ ਥੋੜ੍ਹਾ ਬੰਦੇ ਨੂੰ ਹੁੰਦਾ ਵੀ ਕਿਸ ਤਰੀਕੇ ਨਾਲ ਕਰੀਏ ਕਿਉਂਕਿ ਨਹੀਂ ਪਤਾ ਹੁੰਦਾ ਇਸ ਕਰਕੇ ਮੇਰਾ ਮਕਸਦ ਸੀ ਕਿ ਇਸ ਪ੍ਰੋਗਰਾਮ ਦੇ ਵਿੱਚ ਮੈਂ ਇਹਨਾਂ ਨੂੰ ਬੁਲਾਵਾਂ ਅਤੇ ਕੁਛ ਜਿਹੜੇ ਮੇਰੇ ਸਵਾਲ ਨੇ ਉਹਨਾਂ ਦੇ ਜਵਾਬ ਜਿਹੜੇ ਆ ਉਹ ਮੈਂ ਇਹਨਾਂ ਤੋਂ ਜਾਣਾਂ ਕਿ ਇਹ ਕਿਵੇਂ ਹੋ ਸਕਦਾ ਹੋਰ ਵੀ ਬੜੇ ਸਵਾਲ ਹੋਣਗੇ ਅਗਾਂਹ ਵੀ ਮੇਰੇ ਦਿਮਾਗ ਦੇ ਵਿੱਚ ਆਉਣਗੇ ਕਿ ਕਿਹੜੇ ਕਿਹੜੇ ਇਹ ਸਵਾਲ ਆ ਜਿਹੜੇ ਇਹਨਾਂ ਨੂੰ ਪੁੱਛਿਆ ਜਾਵੇ ਬਾਕੀ ਕੋਈ ਹੋਰ ਜਾਣਕਾਰੀ GST ਪ੍ਰਤੀ ਕਿਉਂਕਿ ਮੇਰੇ ਦਿਮਾਗ 'ਚ ਜਿੰਨੇ ਸਵਾਲ ਆਏ ਨਿਸ਼ਾਨ ਜੀ ਮੈਂ ਤੁਹਾਨੂੰ ਪੁੱਛ ਲਈ ਪਰ ਫਿਰ ਵੀ ਮਾਰਕੀਟ 'ਚ ਜੋ ਚੱਲਦਾ ਕੋਈ ਇੱਦਾਂ ਦੀ ਹੋਰ ਗੱਲਬਾਤ ਜਿਹੜੀ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨੀ ਹੋਵੇ ਸਰ ਮੇਨਲੀ ਇਹਦੇ ਵਿੱਚ ਇਹ ਚੀਜ਼ ਹੁੰਦੀ ਹੈਗੀ ਕਿ ਕੋਈ ਵੀ ਆਪਾਂ ਮਾਰਕੀਟ 'ਚ ਕੀ ਹੁੰਦਾ ਹੈਗਾ ਗਾ ਅਗਰ ਦੇਖੋ ਰਿਟਰਨ ਆਪਾਂ ਭਰਤੀ ਠੀਕ ਹੈ ਉਹ ਆਪਾਂ ਚੇਂਜ ਤਾਂ ਕਰ ਨਹੀਂ ਸਕਦੇ ਹੈ ਨਾ ਤਾਂ ਉਹਦੇ 'ਚ ਆਪਾਂ ਨੂੰ ਥੋੜ੍ਹਾ ਜਿਹਾ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈਗੀ ਹੈਗੀ ਅਗਰ ਆਪਾਂ ਨੇ ਕਿਸੇ ਵੀ ਕਲਾਇੰਟ ਦਾ ਆਪਾਂ ਡਾਟਾ ਪੁੱਟ ਕਰਕੇ ਉਹਨੂੰ ਰਿਟਰਨ ਫਾਈਲ ਕਰਨੀ ਹੈਗੀ ਤਾਂ ਉਸਨੂੰ ਬੇਸਿਕਲੀ ਆਪਾਂ ਥੋੜ੍ਹਾ ਜਿਹਾ ਚੈੱਕ ਕਰਕੇ ਭਰੀਏ ਜਿਹਦੇ ਨਾਲ ਆਪਣਾ ਰਿਟਰਨ ਸਹੀ ਭਰੀ ਜਾਵੇ ਜਿਹਦੇ ਨਾਲ ਕਲਾਇੰਟ ਦਾ ਆਪਣਾ ਨੁਕਸਾਨ ਨਾ ਹੋਵੇ ਜੀ ਬਿਲਕੁਲ ਇਹ ਵੀ ਗੱਲ ਹੈ ਕਿ ਕਲਾਇੰਟ ਦਾ ਨੁਕਸਾਨ ਨਾ ਹੋਵੇ ਕਈ ਵਾਰੀ ਕੀ ਹੁੰਦਾ ਕਿ ਅਸੀਂ ਕਹਿ ਦਿੰਦੇ ਯਾਰ ਉਹ ਮੇਰੀਆਂ ਯਾਰ ਰਿਟਰਨਾਂ ਭਰਦੀ ਤੂੰ ਕੋਈ ਗੱਲ ਨਹੀਂ ਅਤੇ ਉਹ ਆਪਣੇ ਹਿਸਾਬ ਨਾਲ ਇੱਕ ਕਿਉਂਕਿ ਭਰ ਦਿੰਦੇ ਨੇ ਵੀ ਠੀਕ ਆ ਯਾਰ ਵੀ ਜਿਵੇਂ ਵੀ ਹੈ ਪਰ ਮੈਨੂੰ ਇਹ ਲੱਗਦਾ ਵੀ ਜਿਹੜੇ ਇਹ ਸਰਕਾਰੀ ਡਾਕੂਮੈਂਟ ਹੁੰਦੇ ਨੇ ਇਹਨਾਂ ਨੂੰ ਬੜੇ ਘੋਕ ਕੇ ਵਿਚਾਰ ਕੇ ਸਾਰਾ ਦੇਖ ਦਾਖ ਕੇ ਜਿਹੜੇ ਭਰਨੇ ਚਾਹੀਦੇ ਨੇ ਹਰ ਇੱਕ ਬੰਦਾ ਉਹਦੇ ਵਾਸਤੇ ਇਹ ਗੱਲ ਨਹੀਂ ਹੁੰਦੀ ਇਹ ਜਿਹੜੇ ਮਾਹਿਰ ਲੋਕ ਹੁੰਦੇ ਨੇ ਜਿਨ੍ਹਾਂ ਦਾ ਐਕਸਪੀਰੀਅੰਸ ਹੁੰਦਾ ਜਿਨ੍ਹਾਂ ਨੇ ਪੜ੍ਹਾਈਆਂ ਕੀਤੀਆਂ ਹੁੰਦੀਆਂ ਉਹਨਾਂ ਤੋਂ ਇਹ ਕੰਮ ਕਰਵਾਉਣੇ ਚਾਹੀਦੇ ਨੇ ਬਾਕੀ ਮੇਰੇ ਜਿੰਨੇ ਸਵਾਲ ਸੀ ਉਹ ਮੈਨੂੰ ਲੱਗਦਾ ਅੱਜ ਦੇ ਲਈ ਪੂਰੇ ਹੋਏ ਅਗਲੇ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਫਿਰ ਨਿਸ਼ਾਂਤ ਜੀ ਤੁਹਾਨੂੰ ਇੱਕ ਦੋ ਪ੍ਰੋਗਰਾਮਾਂ ਦੇ ਵਿੱਚ ਮੇਰੇ ਨਾਲ ਬੈਠਣਾ ਪੈਣਾ ਤਾਂ ਜੋ ਮੇਰੇ ਜਿਹੜੇ ਦਰਸ਼ਕ ਉਹ ਤੁਸੀਂ ਵੀ ਮੇਰੇ ਵੀਰ ਕਮੈਂਟ ਕਰ ਦਿਓ ਕਿ ਆਹ ਸਵਾਲ ਹੈ ਜਿਹੜਾ ਪੁੱਛਣਾ ਬਣਦਾ ਸੀ ਮੈਨੂੰ ਕਮੈਂਟ ਕਰ ਦਿਓਗੇ ਤਾਂ ਮੈਂ ਅਗਲੇ ਪ੍ਰੋਗਰਾਮ 'ਚ ਪੁੱਛ ਲੂੰਗਾ ਜੇ ਤੁਸੀਂ ਇਹਨਾਂ ਦੇ ਫੋਨ ਨੰਬਰ ਤੋਂ ਫੋਨ ਗੱਲ ਕਰ ਲੈਂਦਾ ਬੰਦਾ ਵੀ ਹਾਂਜੀ ਸਾਨੂੰ ਦੱਸ ਦਿਓ ਤਾਂ ਤੁਸੀਂ ਡਾਇਰੈਕਟ ਵੀਰਾਂ ਨੂੰ ਪੁੱਛ ਸਕਦੇ ਹੋ ਕੋਈ ਇੱਦੀ ਗੱਲ ਨਹੀਂ ਤਾਂ ਅੱਜ ਦੇ ਲਈ ਮੈਨੂੰ ਲੱਗਦਾ ਕਾਫੀ ਕੁਛ ਮੈਨੂੰ ਵੈਸੇ ਪਤਾ ਲੱਗ ਗਿਆ ਕਈ ਮੇਰੇ ਭੁਲੇਖੇ ਸੀ ਜਿਹੜੇ ਉਹ GST ਪ੍ਰਤੀ ਉਹ ਦੂਰ ਹੋਏ ਨੇ ਅਤੇ ਅਗਾਂਹ ਹੋਰ ਜੇ ਕੋਈ ਭੁਲੇਖਾ ਮੇਰੇ ਦਿਮਾਗ 'ਚ ਹੋਇਆ ਤਾਂ ਮੈਂ ਤੁਹਾਨੂੰ ਜ਼ਰੂਰ ਤਕਲੀਫ ਦਊਂਗਾ ਇਸ ਪ੍ਰੋਗਰਾਮ ਦੇ ਵਿੱਚ ਸਰ ਜ਼ਰੂਰ ਐਨੀ ਟਾਈਮ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਇਹ ਸੀ ਨਿਸ਼ਾਂਤ ਗਰਗ ਜੀ ਇਹ ਟੈਕਸੇਸ਼ਨ ਅਤੇ GST ਦੇ ਕੰਸਲਟੈਂਟ ਨੇ ਸਲਾਹ ਦਿੰਦੇ ਨੇ ਕਿਉਂਕਿ ਜਿਸ ਬੰਦਾ ਪ੍ਰੋਫੈਸ਼ਨ 'ਚ ਪੈ ਜਾਂਦਾ ਤਾਂ ਰੇਟਸ ਦਾ ਹੁਣ ਮੈਨੂੰ ਦੇਖੋ ਲੱਗਿਆ ਸੀ ਵੀ ਮਾਰਕੀਟ ਦੇ ਵਿੱਚ ਕਿਸ ਤਰੀਕੇ ਨਾਲ ਚੱਲ ਰਹੇ ਨੇ ਵੈਸੇ ਪੁੱਛਣਾ ਨਹੀਂ ਸੀ ਬੰਦਾ ਇਸ ਪ੍ਰੋਗਰਾਮ ਦੇ ਵਿੱਚ ਪਰ ਜਦੋਂ ਗੱਲ ਚੱਲ ਪਏ ਤਾਂ ਫਿਰ ਸਵਾਲ ਜਿਹੜਾ ਆਪਣੇ ਆਪ ਮੂੰਹੋਂ ਨਿਕਲ ਆਉਂਦਾ ਕਿ ਤੁਸੀਂ ਕਿੰਨੇ ਕੁ ਪੈਸੇ ਲੈਣੇ ਹੋ ਕਿਉਂਕਿ ਅਸੀਂ ਸਾਨੂੰ ਇਹ ਅੱਜ ਕੱਲ੍ਹ ਦੇ ਜ਼ਮਾਨੇ 'ਚ ਇਹ ਵੀ ਅਸੀਂ ਜਿੱਧਰੋਂ ਜਿੰਨੇ ਪੈਸੇ ਬਚਾ ਸਕਦੇ ਹਾਂ ਉਹ ਜ਼ਰੂਰ ਬਚਾਈਏ ਅਗਲੇ ਪ੍ਰੋਗਰਾਮ ਦੇ ਵਿੱਚ ਹੋਰ ਸਵਾਲ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗਾ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ